वालेकुम सलाम व रहमतुल्लाह। बाबा जी की हाल चाल है? अल्हम्दुलिल्लाह शुक्र है अल्लाह। अच्छा सब तो पहला बाबा जी आपका नाम जी ते जेड़ा पिंड तहसील जिला जेड़ा भी है जिथे आज जमीन जेड़ी फरोख्त होनी है वो मुकम्मल दसो सानू। हां जी दसो सब तो पहला मेरा नाम है गुलाम अब्बास जी सर ते मैं ना आरफ वाले चो हां। अच्छा ते मैं जिन दी जमीन है मालिक है शहरयार सलीम ਜੋ ਕਿ ਇੰਗਲੈਂਡ 'ਚ ਰਹਿ ਰਹੇ ਨੇ ਜਿਹੜੇ ਕਿ ਇੰਗਲੈਂਡ 'ਚ ਰਹਿ ਰਹੇ ਉਹਨਾਂ ਦੀ ਤਰਫੋਂ ਮੈਂ ਇੱਥੇ ਨਾ ਹਾਂਜੀ ਮਕਸਦ ਹੈ ਆਪਣਾ ਉਹਨਾਂ ਦੀ ਤਰਫੋਂ ਹੀ ਭੇਜ ਰਿਹਾ ਕੰਮ ਕਰ ਰਿਹਾ ਕਿਉਂਕਿ ਉਹ ਮੁੜ ਚਲੇ ਗਏ ਹਨ ਇੰਗਲੈਂਡ ਉਹਨਾਂ ਦੀ ਲਈ ਤੇ ਜ਼ਮੀਨ ਹੈ ਵੀ ਇੱਥੇ ਕੋਈ ਆਦੀ ਕਾਸ਼ਤ ਕਾਰੋਬਾਰ ਚਲਾਸਾਂ ਬਿਲਕੁਲ ਜੀ ਪਰ ਹੁਣ ਉਹ ਇੰਗਲੈਂਡ ਚਲੇ ਗਏ ਤਾਂ ਉਹਨਾਂ ਆਖਿਆ ਹੁਣ ਮੈਂ ਇੱਥੇ ਜ਼ਮੀਨ ਨੂੰ ਰੱਖਣਾ ਕੀ ਹੈ ਮੈਂ ਇਹਨੂੰ ਫਰੋਖਤ ਕਰਨਾ। ਠੀਕ ਹੈ ਜੀ ਫਰੋਖਤ ਕਰਨਾ ਤੁਸੀਂ ਹੁਣ ਦੱਸੋ ਪਿੰਡ ਦਾ ਨਾਮ। ਪਿੰਡ ਦਾ ਆਪਣਾ 435 6R 435 6R ਜੀ ਜੀ ਤੇ ਤਹਿਸੀਲੋ ਜ਼ਿਲ੍ਹਾ ਕਿਹੜਾ ਹੈ? ਤਹਿਸੀਲ ਹਰੂਨਾਬਾਦ ਜ਼ਿਲ੍ਹਾ ਬਹਾਵਲ ਨਗਰ। ਜ਼ਿਲ੍ਹਾ ਬਹਾਵਲ ਨਗਰ ਤਹਿਸੀਲ ਹਰੂਨਾਬਾਦ ਜੀ ਜੀ ਸੋਹਣੀ ਗੱਲ ਹੋ ਗਈ। ਅੱਛਾ ਇਹ ਕਿੰਨੇ ਏਕੜ ਜ਼ਮੀਨ ਹੈ? 20 ਏਕੜ ਜ਼ਮੀਨ ਹੈ ਯਾਨੀ ਕਿ 160 ਕਨਾਲ 160 ਕਨਾਲ 20 ਏਕੜ ਜ਼ਮੀਨ 160 ਕਨਾਲ ਹੈ ਜੀ ਜੀ। ਕਿੰਨੇ ਅਰਸੇ ਦਰਾਸ ਤੋਂ ਤੁਸੀਂ ਇਹ ਕੰਮ ਕਰ ਰਹੇ ਜੇ ਇਸ ਜਾਂ ਤੱਕ ਕਿਦੋਂ ਦੀ ਲਈ ਹੈ ਇਹ ਜ਼ਰਾ ਮੈਂ ਵਜ਼ਾਤ ਦੇ ਨਾਲ ਪੁੱਛ ਕੇ। ਪਹਿਲੇ ਮੇਰੇ ਤੋਂ ਹੋਰ ਬੰਦੇ ਸਨ ਪਹਿਲੇ ਉਹ ਕੋ ਬੀਜ ਬਜਾਈ ਕਰਦੇ ਰਹੇ। ਹਾਂਜੀ ਮੈਨੂੰ ਕੁਝ ਥੋੜਾ ਅਰਸਾ ਹੋਇਆ ਆਏ ਨੂੰ। ਹਾਂਜੀ ਤੇ ਮੈਂ ਤੇ ਫਿਰ ਅੱਗੇ ਪੈਸੇ ਪਹਿਲੇ ਕੋ ਹੋਰ ਬੀਜੀਏ ਕੜਾ ਕੁੜਕ ਬੀਜੀਏ ਕੁਝ ਰਕਬੇ ਚ। ਹਾਂਜੀ ਹੁਣ ਉਸ ਤੋਂ ਬਾਅਦ ਮੈਂ ਇਹ ਚਣੇ ਮੈਂ ਬੀਜੇ ਨੇ ਆ ਕੇ। ਅੱਛਾ ਹੁਣ ਇਹ ਚਣੇ ਉੱਗੇ ਹੋਏ ਨੇ ਆ ਨਜ਼ਰ ਆ ਰਹੇ ਨੇ ਸਨ ਲੇਕਿਨ ਤੁਸੀਂ ਚੱਲਣ ਦੇ ਨਾ ਵਜਾਂ ਤੋਂ ਬਾਬੇ ਰਾਜਾਂ ਦੇ ਐਕਸੀਡੈਂਟ ਹੋਇਆ ਵਾ ਜਿਹਦੇ ਮਜ਼ਦੂਰ ਨੇ ਲਿਆਦਾ ਅਸੀਂ ਇੱਥੇ ਜਾਂ ਥੱਲੇ ਹੋਇਆ ਸਬਜ਼ਾ ਵਿੱਚ ਮੈਂ ਵੀਡੀਓ ਬਣਾ ਲਈ ਉਹ ਵਿੱਚ ਹੀ ਆਏਗੀ। ਅੱਛਾ ਜੀ ਤੁਸੀਂ ਗੰਦਮ ਬੀਜੀ ਸੀ ਗੰਦਮ ਤੁਹਾਡੀ ਕਿੰਨੀ ਕੁ ਹੋ ਗਈ ਸੀ ਇਹਨਾਂ 20 ਏਕੜਾਂ ਦੇ ਵਿੱਚ ਪਹਿਲੀ ਦਫਾ ਜ਼ਮੀਨ ਤੇ ਬੀਜੀ ਸਾਜੇ? ਹਾਂਜੀ ਉਹ ਪਹਿਲੀ ਦਫਾ ਮੈਂ ਆ ਕੇ ਬੀਜੀ ਹੈ ਜ਼ਮੀਨ ਨੂੰ ਬਰਾਬਰ ਕੀਤਾ ਹਾਂ। ਹਾਂਜੀ ਤੇ ਗੰਦਮ ਬੀਜੀ ਹੈ। ਹਾਂਜੀ ਹਾਂਜੀ ਉਹ ਪਹਿਲੇ ਦਫਾ ਨਾ ਉਸ ਨਾਲ ਥੋੜੀ ਜੀ ਮਸਾਲੇ ਕੰਮ ਹੀ ਹੋਈ ਹੈ ਜੀ ਜ਼ਿਆਦਾ ਨਹੀਂ ਹੋਈ ਹੈ। ਹਾਂਜੀ ਤੇ ਚਣੇ ਜਿਹੜੇ ਬੀਜਣ ਨਾ ਜੀ ਇਸ ਨੂੰ ਬੜੇ ਬਿਹਤਰੀਨ ਹੋ ਗਏ ਹਨ ਕਾਫੀ ਅੱਛੇ ਹੋ ਗਏ ਤੇ ਉਤੂ ਇਹ ਮੱਕੜੀ ਔਰ ਟੱਡੀ ਜੀ ਪੈ ਗਈ ਆ ਕੇ। ਅੱਛਾ ਫਿਰ ਦੁਬਾਰਾ ਇਹ ਫੁੱਟ ਕੇ ਹੋਏ ਹਨ। ਅੱਛਾ ਮੈਂ ਦੁਬਾਰਾ ਫੁੱਟੇ ਇਹ ਦੁਬਾਰਾ ਫੁੱਟੇ ਨੇ ਪਹਿਲੇ ਬੜੇ ਬਿਹਤਰੀਨ ਹਨ ਮਕਸਦ ਕਿ ਠੀਕ ਹੋ ਗਏ ਹਨ ਫਿਰ ਉਹ ਮੱਕੜੀ ਪਵਨ ਨਾਲ ਨਾ ਇਹ ਦੁਬਾਰਾ ਫੁੱਟੇ ਹਨ। ਅੱਛਾ ਬਾਬਾ ਜੀ ਤੁਸੀਂ ਹੁਣ ਇਹ ਵੀ ਦੱਸਣਾ ਹੈ ਆਪਣਾ ਮਕਾਨ ਵੀ ਬਣਿਆ ਹੋਇਆ ਇੱਕ ਨਾਲ ਇੰਜਨ ਵਾਲਾ ਸਿਸਟਮ ਲੱਗਿਆ ਹੋਇਆ? ਹਾਂਜੀ ਹਾਂਜੀ ਇੰਜਨ ਹੈ ਨਹੀਂ ਦਾ? ਹਾਂ ਬੋਰ ਹੋਇਆ। ਤੁਸੀਂ ਪਾਣੀ ਦਾ ਕੀ ਇੰਤਜ਼ਾਮ ਹੈ ਤੁਹਾਡਾ ਇਸ ਜ਼ਮੀਨ ਦਾ ਆਖਰ ਵੇਚਣੀ ਹੈ? ਹਾਂਜੀ ਪਾਣੀ ਅਸਾਂ ਜੀ ਇਹਦੇ ਨਹਿਰ ਦੇ ਪਾਣੀ ਮਨਜ਼ੂਰ ਕਰਾ ਰਹੇ ਹਾਂ ਹਾਂਜੀ ਥੋੜੇ ਅਰਸੇ ਦੇ ਵਿੱਚ ਇਨਸ਼ਾਅੱਲਾ ਕਾਮਯਾਬ ਹੋ ਜਾਸਾਂ। ਅੱਛਾ ਤੇ ਪਹਿਲੇ ਤੇ ਇਹ ਜ਼ਮੀਨ ਦੇ ਲਿਹਾਜ਼ ਨਾਲ ਤੇ ਵਾਤਰ ਬੜਾ ਰੱਖਦੀ ਹੈ ਤੇ ਕੋਈ ਇੱਕ ਵਾਰੀ ਬਾਰਿਸ਼ ਹੋ ਜਾਵੇ ਤੇ ਬੜਾ ਬੜਾ ਅਰਸਾ ਘਟ ਜਾਂਦੀ ਤੇ ਇਹ ਮਿਸਾਲ ਹੁਣ ਚਣੇ ਜਿਹੜੇ ਨਾ ਸਾਹਿਬ ਬਾਰਿਸ਼ ਤੇ ਬੀਜਣ। ਅੱਛਾ ਤੇ ਹੁਣ ਉਹ ਪਾਣੀ ਦੀ ਅਸਾਂ ਦੀ ਮਨਜ਼ੂਰੀ ਹੈ ਚਲਦੀ ਪਈ ਹੈ ਗੱਲਬਾਤ। ਅੱਛਾ ਪਾਣੀ ਜੇ ਨਾ ਆਇਆ ਤੇ ਫਿਰ ਇਹ ਬਰਾਨੀ ਚਲਦੀ ਹੈ ਫਿਰ ਇਸ ਤਰ੍ਹਾਂ ਠੀਕ ਰਹਿੰਦੀ। ਅੱਛਾ ਤੇ ਹੁਣ 1 ਏਕੜ ਤੁਸੀਂ ਕਿੰਨੇ ਦਿਓਗੇ ਯਾ ਟੋਟਲ ਆਪ ਤੁਹਾ ਸਾਰਾ ਜੋ ਦੇਣਾ ਹੈ? ਹਾਂਜੀ ਯਾ ਤੁਹਾਨੂੰ ਇਸ ਤੁਹਾਡੇ ਮਾਲਕ ਨੇ ਦੱਸਿਆ ਹੀ ਹੋਣਾ ਹੈ। ਹਾਂਜੀ ਸਾਨੂੰ ਮਾਲਕ ਦੀ ਜਿਹੜੇ ਡਿਮਾਂਡ ਤੇ ਉਹ 7.5 ਲੱਖ ਹੈ। ਅੱਛਾ ਨਹੀਂ ਪਿਆਰ ਕਰੋ ਪਿਆਰ ਤਾਂ ਮੁੜ ਉਹ ਜਿਸਲੇ ਕੋਈ ਸਾਹਮਣੇ ਅਸਾਂ ਹੈ ਤਾਂ ਮੁੜ ਕੋਈ ਵੇਖਦਾ ਹੈ ਇਥੋਂ ਤੱਕ? ਨਹੀਂ ਜਿਹੜੀ ਗੱਲ ਹੈ ਨਾ ਜੀ ਮੈਂ ਇਹਨਾਂ ਸਫ਼ਰ ਕਰਕੇ ਆਇਆ। ਹਾਂਜੀ ਤਕਰੀਬਨ 300 ਕਿਲੋਮੀਟਰ ਦੂਰ ਤੁਹਾਡੇ ਕੋਲ ਆਇਆ ਸਪੈਸ਼ਲੀ ਤੌਰ ਤੇ ਮੈਂ ਸ਼ਹਿਰਯਾਰ ਸਲੀਮ ਸਾਹਿਬ ਦਾ ਥੈਂ ਸ਼ੁਕਰੀਆ ਅਦਾ ਕਰਨਾ ਜਿਨ੍ਹਾਂ ਸਾਨੂੰ ਖਿਦਮਤ ਦਾ ਮੌਕਾ ਦਿੱਤਾ। ਤੁਸੀਂ ਬੜੀ ਇੱਜ਼ਤ ਕੀਤੀ ਤੇ ਮੈਂ ਤਹਿ ਦਿਲ ਦਾ ਸ਼ੁਕਰੀਆ ਅਦਾ ਕਰਨਾ ਕਿ ਇੰਨਾ ਪੰਧ ਆਇਆ ਸੀ ਤੇ ਮੈਂ ਆਪਣੇ ਵਿਵਰਸ ਨੂੰ ਮੈਂ ਆਪਣੇ ਦੋਸਤਾਂ ਨੂੰ ਆਪਣੇ ਭਾਈਆਂ ਨੂੰ ਜਿਹਨਾਂ ਜ਼ਮੀਨ ਖਰੀਦਣੀ ਹੈ ਉਹਨਾਂ ਵਾਸਤੇ ਮੈਂ ਕੋਈ ਫਾਇਦਾ ਇਹ ਚਾਹਨਾ ਕਿ ਉਹ ਅਗਰ ਲੈਣ ਤੇ ਜੈ ਮਨਸਬ ਹੋਵੇ ਤਕਰੀਬਨ 5 ਤੱਕ ਦੇ ਛੱਡਾਂ। ਫਾਈਨਲ ਤੁਹਾਡਾ ਰੇਟ 5 ਹੈ ਜੀ? 5 ਇਸ ਤੋਂ ਘੱਟ 1 ਰੁਪਈਆ ਨਹੀਂ ਹੋ ਸਕਦਾ? ਨਹੀਂ ਘੱਟ ਨਹੀਂ ਹੋ ਸਕਦਾ। ਹਾਂਜੀ ਆਂਦੀ ਘਾਟ ਨਹੀਂ ਘਾਟ ਦਾ ਕਿਉਂਕਿ ਉਹਨਾਂ ਦਾ ਮੁੱਲ ਤੁਹਾਨੂੰ ਪਤਾ ਹੈ ਵੀ ਜਿਹੜੇ ਪ੍ਰੋਗਰਾਮ ਦੇ ਮੁਤਾਬਿਕ ਨਾ 5 ਤੋਂ ਘਾਟ ਨਹੀਂ ਹੋ ਸਕਦਾ। ਠੀਕ ਹੋ ਗਿਆ ਜੀ ਤੇ ਇਹ ਜ਼ਮੀਨ ਬਾਅਦ ਆਫਾ ਸ਼ਾਮ ਲਾਟਾਂ ਹੁੰਦੀਆਂ ਨੇ ਹਾਂਜੀ ਇੰਤਕਾਲੀਆਂ ਨਹੀਂ ਹੁੰਦੀਆਂ ਇਹ ਮੁਕੰਮਲ ਪਰੂਫ ਹੈ ਫਰਦ ਮੁਕੰਮਲ ਇਹ ਇੱਕ ਸੂਬੇਦਾਰ ਦੇ ਨਾਂ ਜ਼ਮੀਨ ਹੈ। ਅੱਛਾ ਜਿਹੜੀ ਫੌਜੀ ਅਲਾਟਮੈਂਟ ਹੁੰਦੀ ਹੈ। ਹਾਂਜੀ ਹਾਂਜੀ ਇਸ ਤੋਂ ਬਾਅਦ ਇਹ ਸ਼ਹਿਰ ਯਾਰ ਨੇ ਉਹਦੇ ਕੋਲੋਂ ਮੁੱਲ ਲਈ ਹੈ ਫਿਰ ਇਹਦਾ ਪਟਾ ਬਣਵਾਇਆ ਇਹਦਾ ਜਿਹੜਾ ਪਟਾ ਹੀ ਆਖਦੇ ਨੇ ਜਿਹਦੇ ਮਾਲਕੀ ਉਤਾਰ ਕੇ ਬੈਨਾਵਾਂ ਹੀ ਆਖਦੇ ਨੇ ਉਹ ਪਟਾ ਇਹਦਾ ਬਣਵਾਇਆ ਦਾ ਮੁਕੰਮਲ ਇਹਦੇ ਵਿੱਚ ਕੋਈ ਡਿਫੈਕਟ ਨਹੀਂ ਹੈ ਕੋਈ ਥੋੜਾ ਜਿਤਨਾ ਵੀ ਨਹੀਂ ਡਾਇਰੈਕਟ ਸਿੱਧੀ ਸਾਵੀਂ ਜ਼ਮੀਨ ਨਾ ਲੱਗਦੀ ਡਾਇਰੈਕਟ ਲੱਗੇਗੀ। ਹਾਂ ਡਾਇਰੈਕਟ ਅਗਰ ਕੋ ਖੁਦਾ ਨਾ ਖਾਸਾ ਇੱਕ ਪ੍ਰਦੇਸ਼ ਸਿਪਾਹੀ ਕੋਈ ਆ ਜਾਂਦਾ ਹੈ ਖਰੀਦਦਾ ਉਹਦੇ ਨਾਲ ਧੋਖਾ ਨਾ ਹੋਵੇ ਮੇਰਾ ਇਹ ਮਾਈਂਡ ਹੈ ਐਸਾ ਥੋੜਾ ਬਹੁਤ ਹੈ ਨਹੀਂ ਅਗਰ ਕਿ ਨਾ ਹਾਂਜੀ ਇਹਦੇ ਵਿੱਚ ਥੋੜਾ ਬਹੁਤ ਹੈ ਨਹੀਂ ਕਿਉਂਕਿ ਕੰਪਿਊਟਰ 'ਚ ਜ਼ਮੀਨ ਚੜੀ ਹੋਈ ਹੈ ਹਾਂਜੀ ਉੱਥੋਂ ਸਾਰਾ ਕੁਝ ਬੰਦਾ ਡੇਟਾ ਵੀ ਲੈ ਸਕਦਾ ਹਾਂਜੀ ਸਾਰਾ ਹੋ ਸਕਦਾ ਨਾਲ ਆ ਕੇ ਮੈਂ ਸਾਰਾ ਚੈੱਕ ਕਰਵਾ ਸਕਦਾ ਸਾਰਾ ਕੁਝ ਹੋ ਸਕਦਾ। ਅੱਛਾ ਚਲੋ ਜਦੋਂ ਹੋ ਜਾਂਦਾ ਫਾਈਨਲ ਫਿਰ ਸ਼ਹਿਰਯਾਰ ਸਾਹਿਬ ਕਿਸ ਤਰੀਕੇ ਆਵਣਦੇ? ਸ਼ਹਿਰਯਾਰ ਇਥੋਂ ਕੋਈ ਬਿਆਨਾ ਦਿੱਤਾ ਜਾ ਸੀ। ਅੱਛਾ ਜਿਸ ਵੇਲੇ ਬਿਆਨਾ ਦੇ ਪ ਗਿਆ ਤੇ ਫਿਰ ਉਸ ਦੇ ਉਹਦੇ ਮੁਤਾਬਿਕ ਉਹ ਆ ਜਾਣਗੇ।
ਪੱਕੀ ਗੱਲ ਹੈ। ਬਿਆਨਾ ਹੁਣ ਅਸੀਂ ਤੁਹਾਨੂੰ ਦੇਣਾ ਜਾਂ ਉਹਨਾਂ ਨੂੰ ਦੇਣਾ? ਬਿਆਨਾ ਤੁਸੀਂ ਮੈਨੂੰ ਦੱਸੋ ਨਾ। ਅੱਛਾ, ਤਕਰੀਬਨ 5 ਲੱਖ ਰੁਪਇਆ ਬਿਆਨਾ ਹੋ ਸੀ। ਅੱਛਾ, ਤੇ ਉਹਦੇ ਵਿੱਚ ਉਹ ਆ ਜਾਣਗੇ ਫਿਰ? ਉਹ ਜਾਂ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਿ ਤੁਸੀਂ ਮਿਸਾਲ ਮੁੱਕ ਜਾਵੇ ਤੇ ਵੀ ਉਹਦੇ ਉਹਨਾਂ ਦੇ ਕੋਲ ਮੈਂ ਮੁਖਤਿਆਰ ਆਮ ਮੁਖਤਿਆਰ ਨਾਮਾ ਵੀ ਲੈ ਲਵਾਂ। ਅੱਛਾ, ਹਾਂ ਮੁਖਤਿਆਰ ਖਾਸ ਲੈ ਲਵਾਂ ਤੇ ਜਾਂ ਉਹ ਆ ਜਾਣ ਕਿ 5 ਲੱਖ ਮੇਰੇ ਕੋਲ ਬਿਆਨਾ ਹੋਵੇ ਤੇ ਉਹਦੇ ਮੁਤਾਬਿਕ ਉਹ ਆ ਜਾਣਗੇ। ਜਿਹੜੇ ਗੱਲ ਤੁਹਾਡੀ ਗੱਲ, ਕਿਉਂ ਕੋਈ ਬੰਦਾ ਕੋਈ ਗਲਤ ਅਲਫਾਜ਼ ਕਵੇ? ਇਨਸ਼ਾਅੱਲਾ ਐਸੀ ਗੱਲ ਨਹੀਂ, ਬਿਲਕੁਲ ਗਲਤ ਆਪਾਂ ਬਣਾਈਏ। ਅੱਛਾ ਅੱਛਾ, ਠੀਕ ਹੈ ਬਾਬਾ ਜੀ, ਤੁਸੀਂ ਸਾਨੂੰ ਕੀਮਤੀ ਟਾਈਮ ਦਿੱਤਾ, ਬੜੀ ਬੜੀ ਮਿਹਰਬਾਨੀ। ਹੁਣ ਮੈਂ ਆਪਣੇ ਦੋਸਤਾਂ ਨੂੰ ਵਿਖਾਉਣਾ ਚਾਹੁੰਦਾ ਇਹ ਚਣੇ। ਦੂਸਰੀ ਦਫ਼ਾ ਤੁਸੀਂ ਬੀਜੇ ਨੇ ਨਾ? ਨਹੀਂ, ਇਹ ਚਣੇ ਪਹਿਲੀ ਦਫ਼ਾ ਬੀਜੇ ਨੇ। ਅੱਗੇ ਪਹਿਲੇ ਕਣਕ ਕੁਣਕ ਬੀਜੇ, ਅੱਗੇ ਹੋਰ ਫਸਲ ਗੁਆਰਾ ਸ਼ੁਆਰਾ ਬੀਜਦੇ ਰਹੇ ਹਾਂ। ਹਾਂਜੀ, ਅੱਗੇ ਨਾ ਪਹਿਲੇ ਮੇਰੇ ਕੋਲ ਪਹਿਲੇ ਗੁਆਰਾ ਬੀਜਦੇ ਰਹੇ ਹਾਂ। ਹਾਂਜੀ, ਤੇ ਪਹਿਲੇ ਗੁਆਰਾ ਬੀਜਦੇ ਰਹੇ ਹਾਂ, ਫਿਰ ਉਸ ਤੋਂ ਬਾਅਦ ਕੋਈ ਕਣਕ ਬੀਜੀ, ਹੁਣ ਇਹ ਬੀਜਿਆ ਆਪਣਾ, ਹੁਣ ਇਹ ਚਣੇ ਬੀਜੇ ਹੋਏ ਹਨ। ਚਣੇ ਬੜੇ ਬਿਹਤਰੀਨ ਹੋ ਗਏ ਆ, ਫਿਰ ਇਹਨੂੰ ਖਾ ਗਈ ਆਪਣੇ ਮੱਕੜੀ, ਹੁਣ ਦੁਬਾਰਾ ਫੁੱਟ ਕੇ ਤੁਸੀਂ ਪੈਣ ਵੇਖਦੇ ਪੈਣ, ਡੇਢ ਡੇਢ ਗੇਟ ਗੇਟ ਸਵਾ ਗੇਟ ਤੇ ਹੀ ਹੋ ਗਿਆ। ਬਿਲਕੁਲ ਜੀ, ਵੇਖੀ ਬਗੈਰ ਪਾਣੀ ਤੇ ਹੀ ਹੁੰਦੇ ਨੇ? ਬਗੈਰ ਪਾਣੀ ਤੋਂ ਪਾਣੀ ਲੱਗਦਾ ਨਹੀਂ ਇਹਨਾਂ ਨੂੰ? ਨਹੀਂ, ਇਹ ਪਾਣੀ ਨਹੀਂ ਲੱਗਦਾ ਤੇ ਇਹ ਜ਼ਮੀਨ ਇਹ ਹੈ ਨਾ, ਪਾਣੀ ਸਾਡਾ ਮਨਜ਼ੂਰ ਹੋ ਸੀ ਇੱਥੇ ਪਹੁੰਚ ਸੀ ਨਾ, ਫਿਰ ਪਾਣੀ ਇਹ ਜ਼ਮੀਨ ਹੀ ਹੋ ਜੀ ਇੱਕ ਵਾਟਰ ਬੜਾ ਰੱਖਦੀ, ਕਿਉਂਕਿ ਮਿੱਟੀ ਇੱਕ ਦਫਾ ਬਾਰਿਸ਼ ਹੋ ਜਾਵੇ ਬਹੁਤ ਦਿਨ ਮਿਸਾਲ ਹੁਣ ਇੱਕ ਬਾਰਿਸ਼ ਹੋ ਗਈ ਤੇ ਕੋਈ ਪਰਵਾਹ ਨਹੀਂ ਚਣਿਆਂ ਨੂੰ, ਆਦੇ ਪੱਕ ਜਾਣ। ਕਿੰਨੀ ਦੇਰ ਚਣੇ ਤਿਆਰ ਹੋ ਜਾਂਦੇ ਨੇ? ਚਣੇ ਹੋ ਜਾਂਦੇ ਨੇ ਕੋਈ ਆਪਣੇ ਕੋਈ 100 ਦਿਨ ਦੇ ਵਿੱਚ ਵਿੱਚ 100 ਦਿਨ ਵਿੱਚ ਤਿਆਰ ਹੋ ਜਾਂਦੇ ਨੇ? ਤਿੰਨਾਂ ਮਹੀਨਿਆਂ, ਤਿੰਨ ਮਹੀਨੇ ਸਵਾ 3 ਮਹੀਨੇ ਤੱਕ ਹੋ ਜਾਂਦੇ। ਠੀਕ ਹੈ ਬਾਬਾ ਜੀ, ਬਹੁਤ ਮਿਹਰਬਾਨੀ, ਸ਼ੁਕਰੀਆ। ਅਗਰ ਆਪਕੋ ਹਮਾਰੀ ਵੀਡੀਓ ਅੱਛੀ ਲੱਗੀ, ਵੀਡੀਓ ਕੋ ਲਾਈਕ ਸ਼ੇਅਰ ਜ਼ਰੂਰ ਕਰੇ, ਔਰ ਇਸ ਤਰ੍ਹਾਂ ਮਜ਼ੀਦ ਵੀਡੀਓ ਲਾਏਂਗੇ ਇਨਸ਼ਾਅੱਲਾ। ਚੈਨਲ ਕੋ ਸਬਸਕ੍ਰਾਈਬ ਕਰੇ, ਮਿਲਤੇ ਹੈਂ ਅਗਲੀ ਵੀਡੀਓ ਮੇਂ, ਤਬ ਤੱਕ ਲਈ ਅੱਲਾ ਹਾਫਿਜ਼।